ਇੱਕ ਗੱਦੀ ਨਸੀਨ ਬਾਬੇ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਹੈ। ਦੱਸ ਦਈਏ ਕਿ ਚਿਮਟੇ ਮਾਰ ਮਾਰ ਕੇ ਉਸਦੀ ਬਾਹਾਂ ਦੇ ਵਿੱਚੋਂ ਖੂਨ ਕੱਢ ਦਿੱਤਾ ਗਿਆ। ਪਤਨੀ ਦਾ ਸਿਰਫ ਕਸੂਰ ਇਹ ਸੀ ਕਿ ਉਹ ਬਿਨਾਂ ਦੱਸੇ ਬਾਬੇ ਨੂੰ ਸਿਰਫ ਦਵਾਈ ਲੈਣ ਦੇ ਲਈ ਘਰ ਤੋਂ ਬਾਹਰ ਚਲੀ ਗਈ ਤੇ ਜਦੋਂ ਘਰ ਵਾਪਸ ਆਈ ਤਾਂ ਉਸ ਤੋਂ ਬਾਅਦ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਫਗਵਾੜਾ ਤੋਂ ਇਹ ਮਾਮਲਾ ਸਾਹਮਣੇ ਆਇਆ। ਫਗਵਾੜਾ ਦੇ ਨਜ਼ਦੀਕ ਆਉਂਦੇ ਮਾਨਕਾ ਵਿੱਚ ਬਾਬਾ ਭੂਪੇ ਸ਼ਾਹ ਤੇ ਗੱਦੀ ਨਸ਼ੀਨ ਬਾਬਾ ਸੋਨੂ ਤੇ ਉਸਦੀ ਪਤਨੀ ਦੇ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਨੇ, ਜਿਸ ਵਿੱਚ ਉਹਨਾਂ ਦੀ ਪਤਨੀ ਨੇ ਕਿਹਾ ਕਿ ਉਹ ਦਵਾਈ ਲੈਣ ਗਈ ਸੀ ਤੇ ਜਦੋਂ ਘਰ ਆਈ ਤਾਂ ਪੁੱਛਣ ਲੱਗਾ ਕਿ ਕਿੱਥੇ ਗਈ ਸੀ, ਤਾਂ ਉਸਦੇ ਦੱਸਣ ਦੇ ਬਾਵਜੂਦ ਵੀ ਉਸਦੇ ਨਾਲ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਤੇ ਜਦੋਂ ਉਸਨੇ ਆਪਣਾ ਬਚਾਅ ਕਰਨ ਦੇ ਲਈ ਆਪਣੀ ਬਾਹਾਂ ਨੂੰ ਅੱਗੇ ਕੀਤਾ ਤਾਂ ਉਸਦੀ ਬਾਹਾਂ ਦੇ ਉੱਤੇ ਵੀ ਲੋਹੇ ਦੇ ਚਿਮਟੇ ਮਾਰੇ ਗਏ, ਜਿਸ ਦੇ ਕਾਰਨ ਸਾਰੀ ਹੀ ਬਾਂਹ ਉਸਦੀ ਲਹੂ ਲਵਾਨ ਹੋ ਗਈ ਤੇ ਇਸ ਘਟਨਾ ਤੋਂ ਬਾਅਦ ਉਸਨੂੰ ਹਸਪਤਾਲ ਲੈ ਕੇ ਜਾਣ ਦੀ ਥਾਂ ਉਹ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਤਾਂ ਦੱਸ ਦਈਏ ਕਿ ਇਸ ਤੋਂ ਬਾਅਦ ਉਸਨੇ ਆਪਣੀ ਭੈਣ ਨੂੰ ਫੋਨ ਕੀਤਾ ਤੇ ਭੈਣ ਜਦੋਂ ਮੌਕੇ ਦੇ ਉੱਤੇ ਪਹੁੰਚੀ ਤਾਂ ਉਸਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਉੱਥੇ ਹੀ ਜੋ ਜ਼ਖਮੀ ਔਰਤ ਹੈ ਉਸਦੀ ਭੈਣ ਦਾ ਕਹਿਣਾ ਕਿ ਉਸਦਾ ਜੀਜਾ ਇੱਥੇ ਆਇਆ ਸੀ, ਜੋ ਬਾਬਾ ਸੀ ਉਸਦੇ ਵੱਲੋਂ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਪੁਲਿਸ ਨੂੰ ਰਿਪੋਰਟ ਦਿੱਤੀ ਤਾਂ ਅੱਗੇ ਉਹਨਾਂ ਨੂੰ ਠੀਕ ਨਹੀਂ ਹੋਵੇਗਾ। ਤਾਂ ਅਜਿਹੀਆਂ ਧਮਕੀਆਂ ਦੇਣ ਤੋਂ ਬਾਅਦ ਇਹ ਬਾਬਾ ਸੋਨੂ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਜਦੋਂ ਮੀਡੀਆ ਦੇ ਵੱਲੋਂ ਬਾਬਾ ਸੋਨੂ ਦੇ ਨਾਲ ਵੀ ਇਹ ਗੱਲਬਾਤ ਕੀਤੀ ਗਈ, ਸਾਰੇ ਪੁੱਛੇ ਗਏ ਇਲਜ਼ਾਮਾਂ ਦੇ ਬਾਰੇ, ਤਾਂ ਉਸਦਾ ਕਹਿਣਾ ਸੀ ਕਿ ਉਸਦੇ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਉਸਦੀ ਪਤਨੀ ਘਰ ਦੇ ਵਿੱਚ ਗਿਰ ਗਈ ਜਿਸ ਦੇ ਕਾਰਨ ਉਸਦੇ ਖੂਨ ਨਿਕਲਿਆ ਤੇ ਉਹ ਹਸਪਤਾਲ ਦੇ ਵਿੱਚ ਪਹੁੰਚੀ ਹੈ। ਹਾਲਾਂਕਿ ਉਹਨਾਂ ਦਾ ਪਹਿਲਾਂ ਹੀ ਇੱਕ ਕੇਸ ਜੋ ਹੈ ਉਹ ਕੋਰਟ ਦੇ ਵਿੱਚ ਚੱਲ ਰਿਹਾ ਜਿਸਦੀ ਕਿ ਹਾਲੇ ਤਰੀਕ ਹੈ, ਪਰ ਦੂਜੇ ਪਾਸੇ ਹੁਣ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰਦੀ ਨਜ਼ਰ ਆ ਰਹੀ ਹੈ। ਜੋ ਉਸਦੀ ਪਤਨੀ ਹੈ ਉਸਦੇ ਵੱਲੋਂ ਪੁਲਿਸ ਨੂੰ ਵੀ ਹੁਣ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਿਸ ਦਾ ਵੀ ਕਹਿਣਾ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਤਾਂ ਫਗਵਾੜਾ ਤੋਂ ਇਹ ਮਾਮਲਾ ਸਾਹਮਣੇ ਆਇਆ। ਮੇਰੇ ਘਰ ਵਾਲੇ ਨੇ ਬਹੁਤ ਲੁੱਟਿਆ। ਕੀ ਵਜ੍ਹਾ ਸੀਗੀ ਕੁੱਟਣ ਦੀ? ਸਾਰੇ ਸੱਟਾਂ ਮੂੰਹ ਤੇ। ਕੁੱਟਿਆ ਕਿਉਂ ਜੀ? ਵਜ੍ਹਾ ਕੀ ਸੀ ਕੁੱਟਣ ਦੀ? ਵਜ੍ਹਾ ਕੋਈ ਨਹੀਂ ਸੀ ਜੀ, ਮੈਂ ਕੀ ਗੱਡੀ ਤੇ ਮਰੀ ਗਈ, ਮੈਨੂੰ ਗੱਡੀ ਹੈ। ਕੱਲ੍ਹ ਮੇਰੇ ਲੱਕ 'ਚ ਪੇਨ ਬਹੁਤ ਹੁੰਦਾ ਸੀਗਾ ਤਾਂ ਮੈਂ ਚਲੀ ਗਈ ਦਵਾਈ ਛੋਟੇ ਬੇਟੇ ਨੂੰ ਟਿਊਸ਼ਨ ਛੱਡਣ ਗਈ ਤਾਂ ਫਿਰ ਉੱਥੋਂ ਮੈਨੂੰ ਆ ਗੁੜੀਆ ਸੀਗੀ ਨਾਲ, ਕਹਿੰਦੀ ਬੀਬੀ ਤੁਸੀਂ ਦਵਾਈ ਲੈ ਲਓ, ਮੈਨੂੰ ਬੁਖਾਰ ਸੀਗਾ ਬਹੁਤ ਜ਼ਿਆਦਾ, ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਅਤੇ ਦਵਾਈ ਲੈ ਕੇ ਮੈਂ ਘਰ ਚਲੀ ਗਈ। ਜਦੋਂ ਮੈਂ ਘਰ ਗਈ ਅਤੇ ਉਦੋਂ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਸੀ? ਮੈਂ ਕਿਹਾ ਮੈਂ ਟਿਊਸ਼ਨ ਛੱਡਣ ਗਈ ਸੀ, ਵੀ ਇੱਕ ਮੈਂ ਬਿਮਾਰ ਸੀ ਅਤੇ ਮੈਂ ਦਵਾਈ ਲੈ ਕੇ ਗਈ। ਸਵੇਰੇ ਆ ਗੁੜੀਆ ਨੂੰ ਆਵਾਜ਼ ਮਾਰ ਕੇ ਕਿਹਾ ਵੀ ਇਹਨੂੰ ਸੱਦ ਕੇ ਲਿਆ, ਸ਼ਿਲਪੀ ਹੈ ਮੇਰਾ ਨਾਂ, ਕਹਿੰਦੇ ਇਹਨੂੰ ਸੱਦ ਕੇ ਲਿਆ। ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿਹਨੂੰ ਪੁੱਛ ਕੇ ਗਈ ਸੀ ਦਵਾਈ ਲੈਣ? ਮੈਂ ਕਿਹਾ ਵੀ ਮੈਂ ਬਿਮਾਰ ਸੀ, ਮੈਂ ਦਵਾਈ ਤਾਂ ਲੈਣੀ ਸੀ, ਆਪ ਇਹ ਮੈਨੂੰ ਦਵਾਈ ਨਹੀਂ ਲੈ ਕੇ ਦਿੰਦਾ। ਕੁੱਟਮਾਰ ਤੁਹਾਡੇ ਘਰ ਨਾਲ ਕੀਤੀ ਇਹਨਾਂ ਨੇ? ਕੁੱਟਮਾਰ ਮੇਰੇ ਆ ਚਿਮਟੇ ਮਾਰੇ ਲੋਹੇ ਦੇ, ਸਾਰੀ ਬਾਂਹ ਪਾੜਤੀ। ਅਤੇ ਜਿਹੜੇ ਤੁਹਾਡੇ ਹਸਬੈਂਡ ਆ ਉਹ ਡੇਰੇ 'ਤੇ ਬੈਠੇ ਆ ਕੋਈ ਜਗ੍ਹਾ 'ਤੇ? ਹਾਂਜੀ, ਜਗ੍ਹਾ 'ਤੇ ਬੈਠੇ ਆ ਜੀ, ਇਹਦੀ ਕਈ ਜਨਾਨੀਆਂ ਨਾਲ ਗੱਲਬਾਤ ਹੈ। ਕੀ ਨਾਮ ਆ ਜੀ? ਮਾਰ ਕੁੱਟ ਬਹੁਤ ਕਰਦਾ ਮੇਰੇ ਨਾਲ, ਅੱਗੇ ਵੀ ਮੇਰੇ ਨਾਲ ਬਹੁਤ ਵਾਰੀ ਹੋਈ। ਇਹਨਾਂ ਦਾ ਨਾਂ ਕੀ ਹੈ ਜੀ? ਅੱਗੇ ਬਹੁਤ ਵਾਰੀ ਕੁੱਟਿਆ ਮੈਂ ਜੀ। ਨਾਮ ਕੀ ਹੈ ਜੀ ਉਹਨਾਂ ਦਾ ਹਸਬੈਂਡ? ਸੋਨੂੰ ਬਾਬਾ, ਸੋਨੂੰ ਬਾਬਾ ਲਖਵੀਰ ਸਿੰਘ ਨਾਂ ਹੈ ਇਹਦਾ। ਠੀਕ ਹੈ ਜੀ। ਭੁੱਪੇ ਸ਼ਾਹ ਡੇਰੇ 'ਤੇ ਮਾਨਕਾ ਬੈਠਾ। ਇਹ ਗੱਦੀ ਨਸ਼ੀਨ ਉੱਥੇ ਜੀ? ਹਾਂ, ਗੱਦੀ ਨਸ਼ੀਨ। ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਇੱਦਾਂ ਦੀ ਮਾਰ ਕੁੱਟ ਹੋਈ ਹੈ? ਮੇਰੇ ਨਾਲ ਬਹੁਤ ਵਾਰੀ ਕੁੱਟਮਾਰ ਹੋਈ ਹੈ। ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ, ਉਦੋਂ ਇਹਨੇ ਮਾਫ਼ੀ ਮੰਗ ਲਈ ਸੀ ਮੇਰੇ ਤੋਂ।
ਤੇ ਹੁਣ ਜਿੱਦਾਂ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਛ ਧਮਕੀ ਵਗੈਰਾ ਵੀ ਦੇ ਕੇ ਗਏ ਬਾਹਰ ਇਹ ਕਹਿੰਦਾ ਵੀ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਹੁਣ ਇਹਨੂੰ ਕਿਹਾ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜੇ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰੋ ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ ਹਾਂਜੀ ਮੈਂ ਇੱਥੇ ਆਈ ਹਾਂ ਮੇਰਾ ਪੁਲਿਸ ਕੰਪਲੇਂਟ ਹੋਈ ਹੈ ਤੇ ਕਿੰਨੇ ਵਜੇ ਦਾਖਲਾ ਤੁਸੀਂ ਹਸਪੀਟਲ ਇੱਥੇ ਮੈਨੂੰ ਸਵੇਰੇ 10 ਵਜੇ ਕੁੱਟਿਆ ਜੀ ਬਹੁਤ ਕੋਈ ਆਈ ਪੁਲਿਸ ਆਈ ਮੌਕੇ ਤੇ ਇੱਥੇ ਪੁਲਿਸ ਨਹੀਂ ਆਈ ਉੱਦਾਂ ਇਹਨਾਂ ਨੇ ਮੇਰਾ ਨੀਚੇ ਉਹ ਜਿਹੜਾ ਉਹ ਕਰਦੇ ਹੁੰਦੇ ਆ ਮੈਡੀਕਲ ਉਹ ਕੀਤਾ ਤੁਸੀਂ ਕੰਪਲੇਂਟ ਕਰਤੀ ਉੱਦਾਂ ਜੀ ਕੰਪਲੇਂਟ ਸਰ ਮੈਨੂੰ ਨੀਚੋ ਫੋਨ ਆਇਆ ਸੀ ਉਹਨੇ ਪੁਲਿਸ ਵਾਲਿਆਂ ਦਾ ਕਹਿੰਦੇ ਵੀ ਅਸੀਂ ਆ ਤੁਹਾਡਾ ਲੈ ਕੇ ਚੱਲੇ ਰਿਪੋਰਟ ਵੀ ਫਿਰ ਉੱਥੋਂ ਤੁਹਾਨੂੰ ਪੁਲਿਸ ਵਾਲੇ ਬਿਆਨ ਲੈਣ ਆਉਣਗੇ ਜੇ ਆਏ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦੀ ਹਾਂ ਜੀ ਆਪਾਂ ਰਹਿਣਾ ਨਹੀਂ ਚਾਹੁੰਦੇ ਉਹਨਾਂ ਨੇ ਦੇ ਬੰਦੇ ਨੂੰ ਤੇ ਨਾਲੇ ਇਹਨੂੰ ਸਜ਼ਾ ਦਿੱਤੀ ਹੋਵੇ ਮੇਰਾ ਦੇਖੋ ਕਿੰਨਾ ਮਾਰ ਮਾਰ ਕੇ ਆ ਚਾਹੇ ਤੁਸੀਂ ਫੋਟੋਆਂ ਲੈ ਸਕਦੇ ਹੋ ਮੇਰੇ ਕੋਲ ਠੀਕ ਹੈ ਜੀ ਠੀਕ ਬਾਬੇ ਕੀ ਨਾਂ ਜੀ ਆਪਣਾ ਮੇਰਾ ਸੋਨੂੰ ਬਾਬਾ ਜੀ ਇਹ ਕਿਹੜੀ ਜਗ੍ਹਾ ਡੇਰਾ ਜੀ ਆਪਣਾ ਮਾਨਕਾ ਜੀ ਆਪਣਾ ਇੱਕ ਮਾਮਲਾ ਕੀ ਸਰ ਇੱਕ ਲੇਡੀਜ਼ ਤੁਹਾਡੀ ਵਾਈਫ ਜਿਹੜੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ ਆਰੋਪ ਲਗਾਏ ਆ ਕਿ ਮੇਰੀ ਕੁੱਟਮਾਰ ਕੀਤੀ ਜਮਟਿਆਣਾ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾਂ ਕੇਸ ਚੱਲਦਾ ਮੈਨੂੰ ਕੀ ਲੋੜ ਕੁੱਟਮਾਰ ਕਰਨ ਦੀ ਡਿੱਗੀ ਆ ਉੱਥੇ ਰਸੋਈ ਦੇ ਵਿੱਚ ਉਹ ਮੈਂ ਕਹਿੰਦਾ ਵੀ ਡਿੱਗੀ ਆ ਤੇਲ ਛਿਡੋ ਲਿਆ ਤੇ ਤੁਹਾਡੇ ਕਿ ਡਿੱਗੀ ਉਹ ਕਹਿੰਦੇ ਚਮਟੇ ਨਾਲ ਵਾਰ ਕੀਤਾ ਤਾਂ ਚਮਟੇ ਨਾਲ ਮਾਰੇ ਮੈਨੂੰ ਕਿ ਚਮਟੇ ਨਾਲ ਮਾਰਨ ਦੀ ਲੋੜ ਆ ਮੈਂ ਕੋਕੜਾ ਬੈਠਾ ਕਹਿੰਦੇ ਵਾ ਦਵਾਈ ਲੈਣ ਗਏ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਲੈਣ ਦਿੰਦਾ ਜੀ ਦਵਾਈ ਤੋਂ ਕਿਹੜਾ ਰੋਕ ਸਕਦਾ ਬੰਦਾ ਮੈਂ 8.5 ਲੱਖ ਰੁਪਈਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ 'ਚ ਹਾਦਵਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਮੈਂ 8.5 ਲੱਖ ਹਾਂਜੀ ਮੇਰੇ ਕੋਲ ਸਬੂਤ ਹੈਗੇ ਆ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਲ ਲੈ ਕੇ ਆਉਂਗਾ ਨਾ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਈਆ ਵੀ ਕੱਢ ਦੇ ਉੱਥੇ ਜਾ ਕੇ ਹਾਂਜੀ ਭਲਾ ਤੋਂ ਦੁਆ ਕਰ ਦਿੱਤਾ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਨੂੰ ਕਿਹਾ ਕਿ ਸਿਵਲ ਹਸਪਤਾਲ ਆਏ ਸੀ ਸਾਡੀ ਉੱਥੇ ਪੈਸੇ ਸਹੀ ਆ ਮੈਂ ਤਾਂ ਯਾਰ ਭਾਜੀ ਮੈਨੂੰ ਸਾਡੇ ਬਾਬਿਆਂ ਨੇ ਫੋਨ ਕੀਤਾ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਯਾ ਨਿਆਣੇ ਨੂੰ ਲੈ ਕੇ ਆ ਨਾਲ ਵੀ ਤੂੰ ਛੱਡ ਕੋਈ ਨਹੀਂ ਤੇਰਾ ਰਾਜੀਨਾਮਾ ਕਰਾਣੇ ਸਾਰੇ ਮੇਰੀ ਸਾਰੀ ਟੱਕਰ ਪਈ ਮੈਂ ਤੁਹਾਨੂੰ ਕਿਹਾ ਨਹੀਂ ਉਹ ਬਾਬੀ ਆ ਘੁੰਗਰੂ ਪਾਇਆ ਮੈਂ ਤਾਂ ਮੱਥਾ ਟੇਕਦਾ ਮੂਹਰੇ ਬੋਲਣਾ ਪਈ ਉਹ ਕਹਿੰਦੇ ਜੀ ਗਾਲਾ ਗੁਲਾ ਕੱਢ ਕੇ ਮੈਨੂੰ ਕੀ ਲੋੜ ਧਮਕੀਆਂ ਦੇਣੇ ਦੀ ਯਾਰ ਇੱਦਾਂ ਕਿਹੜਾ ਬੰਦਾ ਆਪਣੇ ਨਿਆਣੇ ਨੂੰ ਜਦ ਐਡਮਿਟ ਦਾ ਆਪਣੇ ਨਿਆਣੇ ਦੇਖਣਾ ਜਾਊਗਾ ਆਪਣੇ ਮੁੰਡੇ ਨੂੰ ਤਾਂ ਇੱਕ ਉਹਨਾਂ ਨੇ ਵੀ ਆਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗਲਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ ਮਹਾਰਾਜ ਮੈਂ ਅਨਪੜ੍ਹ ਬੰਦਾ ਮੈਂ ਨਾ ਕਹਿੰਦੇ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਇੱਦਾਂ ਦਾ ਕੋਈ ਕੰਮ ਆ ਨਾ ਕੋਈ ਮੇਰਾ ਫੋਨ ਲੈ ਲਓ ਰੱਖ ਲਓ ਆਹ ਫੜੋ ਨਹੀਂ ਇਹਦਾ ਕਾਰਨ ਕੀ ਹੋਇਆ ਜਿਹੜਾ ਕਾਰਨ ਕੀ ਸੀਗਾ ਮੇਨ ਵਿੱਚੋਂ ਲਾਉਣ ਦਾ ਕਾਰਨ ਇਲਜ਼ਾਮ ਤਾਂ ਫੇ ਉਹਨ ਇਹ ਇਲਜ਼ਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਉਹਨਾਂ ਕੋ ਹੁੰਦਾ ਲੇਡੀਆਂ ਦਾ ਹੁੰਦਾ ਬਾਬਿਆਂ ਨੂੰ ਇੱਦਾਂ ਹੀ ਫਸਾਉਂਦੀਆਂ ਜਨਾਨੀਆਂ ਇਹ ਤੁਹਾਡੀ ਵਾਈਫ ਆ ਉਹ ਇਦਾਂ ਥੋੜੀ ਫਸਾਉਗੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਈਆ ਲਗੇ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆਲਰੇਡੀ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੌੜੀਓ ਪੁੱਛੋ ਪ੍ਰੂਫ ਹੋਇਆ ਸਾਰਾ ਦੁਬਾਰਾ ਤੁਹਾਡਾ ਰਾਜੀਨਾਮਾ ਹੋ ਗਿਆ ਸੀ ਰਾਜੀਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡ ਕਹਿੰਦੀ ਮੈਂ ਚੰਗੀ ਤਰ੍ਹਾਂ ਰਹੂੰਗੀ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਿਆ ਮੈਂ ਬੰਦੇ ਨਾਲ 2.5 ਲੱਖ ਦੀ ਟਰੈਕਟਰੀ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ ਡੇਰੇ 1 ਰੁਪਈਆ ਵੀ ਕੱਢਦੇ ਜਾ ਕੇ ਕੋਈ ਰਾਜੀਨਾਮਾ ਮੈਂ ਮੇਰੀ ਮਿਹਨਤ ਦੇ ਆਹੋ ਕੋਈ ਰਾਜੀਨਾਮਾ ਹੋਇਆ ਤੁਹਾਡਾ ਪੰਚਾਇਤੀ ਕੋਈ ਨਹੀਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਇੱਕ ਕੇਸ ਚੱਲ ਰਿਹਾ ਸਾਡਾ ਤੇ ਹੁਣ ਤੁਸੀਂ ਇਕੱਠੇ ਰਹਿੰਦੇ ਪਏ ਸੀ ਕਿ ਫਿਰ ਹਾਂਜੀ ਇਕੱਠੇ ਰਹਿੰਦੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਪੈਸੇ ਇਹਨੇ ਹਾਂ ਡਰਾਮਾ ਕਰ ਲਿਆ ਪਰਸੋਂ ਸਾਡੀ ਕੋਰਟ ਦੇ ਵਿੱਚ ਤਰੀਕ ਮੈਂ ਕਿਹਾ ਵੀ ਤੈਨੂੰ ਉੱਥੇ ਜੱਜ ਮੋਹਰੇ ਪੇਸ਼ ਹੋਣਾ ਪੈਣਾ ਫਿਰ ਤਰੀਕ ਖਤਮ ਹੋਣੀ ਆ ਇਹ ਕਹਿੰਦੀ ਮੈਂ ਨਹੀਂ ਜਾਣਾ ਜੱਜ ਮੋਹਰੇ ਕਹਿੰਦੀ ਜੋ ਮਰਜ਼ੀ ਹੋ ਜਾਵੇ ਹੁਣ ਹਾਂ ਡਰਾਮਾ ਕਰ ਲਿਆ ਹਾਂਜੀ ਮੈਡਮ ਕੀ ਨਾਂ ਜੀ ਆਪਣਾ ਮੇਰਾ ਪ੍ਰਿਆ ਹੈ ਜੀ ਮੇਰਾ ਨਾਮ ਮੇਰੀ ਵੱਡੀ ਸਿਸਟਰ ਦਾ ਨਾਮ ਨਰਿੰਦਰ ਕੌਰ ਸ਼ਿਲਪੀ ਤੇ ਕੀ ਮਾਮਲਾ ਕੀ ਮੈਡਮ ਇੱਕ ਗੱਡੀ ਵਿੱਚ ਬੰਦੇ ਆਏ ਸੀਗੇ ਇੱਥੇ ਬਾਹਰ ਕੀ ਗੱਲਬਾਤ ਹੋਈ ਤੁਹਾਡੀ ਸਰ ਉਹ ਮੇਰੇ ਜੀਜੂ ਸੀਗੇ ਸਵੇਰੇ ਅੱਜ ਮੇਰੀ ਭੈਣ ਨਾਲ ਝਗੜਾ ਹੋਇਆ ਸੀ ਉਹਨਾਂ ਦਾ ਤੇ ਉਹਨੇ ਬਹੁਤ ਮਾਰ ਕਟਾਈ ਕੀਤੀ ਮੇਰੀ ਸਿਸਟਰ ਦੀ ਪੂਰੀ ਬਾਹ ਕੱਟੀ ਪਈ ਹੈ ਖੂਨ ਨਿਕਲ ਰਿਹਾ ਉਹਦੇ ਨੱਕ 'ਚੋਂ ਵੀ ਬ੍ਰੇਨ 'ਚੋਂ ਇੱਥੋਂ ਸਾਰੇ ਲੱਕ 'ਚ ਸੱਟਾਂ ਲੱਗੀਆਂ ਨੇ ਸਾਨੂੰ ਮਾਰ ਕਟਾਈ ਕਰਦਾ ਜੀ ਮਾਰ ਕਟਾਈ ਜੀ ਸਿਰਫ ਉਹ ਮੈਡੀਕਲ 'ਤੇ ਦਵਾਈ ਲੈਣ ਗਈ ਸੀ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀਗੀ
ਉਹਨੇ ਜਦ ਆ ਕੇ ਕਿਹਾ ਵੀ ਮੈਂ ਦਵਾਈ ਲੈਣ ਗਈ ਸੀ, ਇੰਨੇ ਚ ਹੀ ਉਹਨੂੰ ਕੁੱਟਤਾ, ਉਹਦੀ ਕੋਈ ਗੱਲ ਨਹੀਂ ਸੁਣੀ ਹੈਗੀ। ਕੋਈ ਪੁਲਿਸ ਕੰਪਲੇਂਟ ਤੁਸੀਂ ਕੀਤੀ ਇਸ ਮਾਮਲੇ ਨੂੰ ਲੈ ਕੇ? ਉਹ ਕੀਤੀ ਹੋਈ ਆ, ਅੱਜ ਹੀ ਕੀਤੀ ਆ, ਅੱਜ ਐਤਵਾਰ ਸੀ ਇਸ ਕਰਕੇ ਕੋਈ ਕਾਰਵਾਈ ਅਜੇ ਨਹੀਂ ਹੋਈ ਹੈਗੀ, ਪਰ ਉਹ ਕਹਿੰਦੇ ਵੀ ਅਸੀਂ ਕੱਲ ਨੂੰ ਉਹ ਮੇਰੀ ਸਿਸਟਰ ਦੀਆਂ ਨੇ ਜੀ, ਜੋ ਅੱਜ ਇਹਨਾਂ ਨੇ ਮਾਰਿਆ, ਖੂਨ ਖਰਾਬਾ ਹੋਇਆ ਜੋ ਸਾਰਾ, ਉਹ ਮੇਰੇ ਕੋਲ ਫੋਟੋਆਂ ਨੇ ਉਹਦੀਆਂ। ਜਿਹੜੀ ਬਹਿਸ ਹੋਈ ਆ ਉਹਦਾ ਕੀ ਕਾਰਨ ਸੀਗਾ? ਉਹਦਾ ਕਾਰਨ ਇਹ ਸੀ ਜੀ, ਉਹ ਮੈਨੂੰ ਧਮਕੀ ਦੇਣ ਆਇਆ ਸੀ ਕਿ ਤੂੰ ਮੇਰੇ ਤੇ ਪਰਚਾ ਕਰਾਣਾ ਕਰਾ ਲੈ, ਜੋ ਕਰਨਾ ਕਰ ਲੈ, ਤੂੰ ਮੇਰਾ ਕੁਛ ਨਹੀਂ ਵਿਗਾੜ ਸਕਦੀ ਹੈਗੀ। ਇਦਾਂ ਕਿਉਂ ਕਹਿ ਰਿਹਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਉਹ ਇਹ ਕਹਿੰਦਾ ਕਿਉਂਕਿ ਪੁਲਿਸ ਵੀ ਉਹਦੇ ਵੱਲ, ਉਹ ਕਹਿੰਦਾ ਪੁਲਿਸ ਵੀ ਮੇਰੇ ਦੋਸਤ ਨੇਗੇ ਤੇ ਧਾਰੀਵਾਲ ਨੂੰ ਵੀ ਮੈਂ ਜਾਣਦਾ, ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ, ਉਹ ਇੰਨੀ ਗੱਲ ਕਹਿੰਦਾ ਜੀ। ਤੇ ਜਿਹੜੀ ਜਗ੍ਹਾ ਤੇ ਬੈਠੇ ਆ, ਕੀ ਨਾਮ ਵਗੈਰਾ ਕੀ ਇਹਨਾਂ ਦਾ? ਬਾਬਾ ਭੂਪੇ ਸ਼ਾਹ ਜੀ, ਇਹਦਾ ਨਾਮ ਸੋਨੂ ਬਾਬਾ, ਘੁੰਮਣੀ ਮਾਨਕਾ ਪਿੰਡ ਤੋਂ ਹੈ। ਇਹ ਜਗ੍ਹਾ ਤੇ ਮੌਜੂਦਾ ਬੈਠੇ ਜੀ ਇਹ? ਹਾਂਜੀ, ਗੱਦੀ ਨਸ਼ੀਨ ਇਹ ਨੇ? ਹਾਂਜੀ ਹਾਂਜੀ। ਤੇ ਜਿਹੜੇ ਨਾਲ ਬੰਦੇ ਆਏ ਸੀ, ਜਾਣਦੇ ਕੌਣ ਬੰਦੇ ਨਾਲ? ਉਹ ਵੀ ਇਹਨਾਂ ਦੇ ਡੇਰੇ ਦੇ ਹੀ ਨੇ। ਤੇ ਜਿਹੜੇ ਤੁਹਾਡੇ ਸਿਸਟਰ ਅਸ਼ਟ ਮੰਦਰ ਹੈ ਹਸਪੀਟਲ? ਹਾਂਜੀ, ਉਹ ਹਸਪੀਟਲ ਦੇ ਅੰਦਰ ਐਡਮਿਟ ਨੇਗੇ, ਉੱਥੇ ਪਈ ਆ, ਉਹਦੇ ਪੱਟੀ ਕੀਤੀ ਹੋਈ ਆ, ਮੈਂ ਸਾਰਾ ਉਹਨਾਂ ਦਾ ਜੋ ਮੈਡੀਕਲ ਸੀਗਾ ਲਿਖਵਾਇਆ ਜੀ ਸਰ ਨੂੰ। ਤੇ ਕਾਰਨ ਕੀ ਸੀ ਮੈਡਮ ਮਾਰਕਟ ਆਈ ਦਾ? ਮਾਰਕੀਟ ਆਈ ਤਾਂ ਸਰ ਮੈਂ ਉਹੀ ਦੱਸ ਰਹੀ ਹਾਂ ਵੀ ਉਹ ਮੋਰਨਿੰਗ ਦਵਾਈ ਲੈਣ ਗਈ ਸੀ, ਉਹ ਪਰੇਸ਼ਾਨ ਸੀ, ਉਹਨੂੰ ਗੱਠੀਏ ਦੀ ਪ੍ਰੋਬਲਮ ਹੈ, ਇਹ ਬੰਦਾ ਉਹਨੂੰ ਦਵਾਈ ਵੀ ਨਹੀਂ ਦਵਾਉਂਦਾ, ਸੱਤ ਸੱਤ ਦਿਨ ਉਹ ਇੱਦਾਂ ਹੀ ਪਈ ਰਹਿੰਦੀ ਹੈ ਮੰਜੇ 'ਤੇ। ਜਦੋਂ ਉਹ ਆਪਣੇ ਆਪ ਦਵਾਈ ਲੈਣ ਚਲੀ ਗਈ ਤਾਂ ਉਹਨੇ ਮੁੜ ਕੇ ਜਦੋਂ ਆਈ ਹੈ ਉਹ ਉੱਥੇ ਡੇਰੇ 'ਤੇ ਤਾਂ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀ, ਜਦੋਂ ਉਹਨੇ ਕਿਹਾ ਮੈਂ ਦਵਾਈ ਲੈਣ ਗਈ ਸੀ, ਤਾਂ ਉਸ ਤੋਂ ਬਾਅਦ ਇਹਨੇ ਹਾਥਾਪਾਈ ਸ਼ੁਰੂ ਕਰ ਦਿੱਤੀ। ਅਤੇ ਮਾਰਿਆ ਕੀ ਮੈਡਮ ਇਹਨਾਂ ਦੇ? ਭਾਅ ਜੀ ਉੱਥੇ ਇੱਕ ਤਿੱਖਾ ਉਹ ਸੀਗਾ, ਚਿਮਟਾ ਹੁੰਦਾ ਇੱਕ, ਲੋਹੇ ਦਾ ਜਿਹਦੇ ਨਾਲ ਫਾਂਡਾ ਕਰਦੇ ਆ, ਉਹ ਮਾਰਿਆ ਸੀਗਾ, ਉਹ ਮਾਰੀ ਗਿਆ ਉਹ ਚਿਮਟਾ ਵੀ ਟੁੱਟ ਗਿਆ, ਉਹਦੇ ਨਾਲ ਸਾਰਾ ਲਹੂ ਲਹਾਨ ਖੂਨ ਹੋ ਗਿਆ। ਮੇਰੇ ਕੋਲ ਫੋਟੋਆਂ ਨੇ ਜੀ। ਕਿੰਨੇ ਕੁ ਵਜੇ ਦੀ ਮੈਡਮ ਘਟਨਾ ਸਵੇਰ ਦੀ? ਇਹ 10 ਕੁ ਵਜੇ ਦੀ ਹੈ ਜੀ, ਮੈਨੂੰ 10 ਵਜੇ ਫੋਨ। ਥਾਣਾ ਕਿਹੜਾ ਪੈਂਦਾ ਤੁਹਾਨੂੰ? ਥਾਣਾ ਜੀ ਸਦਰ ਪੈਂਦਾ। ਕੀ ਹੋਈ ਤੁਹਾਡੀ ਗੱਲਬਾਤ ਕਿਸੇ ਪੁਲਿਸ ਮੁਲਾਜ਼ਮ ਨਾਲ? ਨਹੀਂ ਅਜੇ ਕਿਸੇ ਨਾਲ ਨਹੀਂ ਹੋਈ, ਮੇਰੀ ਸਿਸਟਰ ਦੀ ਹੋਈ ਸੀਗੀ, ਉਹ ਕਹਿੰਦੇ ਸੀਗੇ ਵੀ ਅਸੀਂ ਮੈਡਮ ਅੱਗੇ ਗੱਲ ਕਰਾਂਗੇ ਆ ਕੇ ਤੁਹਾਡੇ ਨਾਲ, ਹੁਣ ਤੁਹਾਨੂੰ ਥਾਣੇ ਤੋਂ ਫੋਨ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਅਸੀਂ ਇਹੀ ਕਹਿੰਦੇ ਹਾਂ ਇਹਨੂੰ ਸਜ਼ਾ ਦਿੱਤੀ ਜਾਵੇ, ਇਹ ਬਹੁਤ ਲੋਕਾਂ ਨਾਲ ਜੀ ਧੋਖਾ ਕਰ ਰਿਹਾ, ਕੋਈ ਬਾਬਾ ਨਹੀਂ ਹੈਗਾ, ਇਹਦੇ ਗੈਰ ਸੰਬੰਧ ਨੇ ਜਨਾਨੀਆਂ ਨਾਲ, ਇਹਨੂੰ ਫਸਾਇਆ ਜਾਵੇ, ਇਹਨੂੰ ਦੱਸਿਆ ਜਾਵੇ ਦੀ ਅਸਲੀਅਤ ਕੀ ਹੈ, ਇਹ ਬਾਬਾ ਨਹੀਂ ਹੈਗਾ, ਲੋਕ ਇਹਦੇ ਚੁੰਗਲ 'ਚ ਫਸੇ ਹੋਏ ਨੇ, ਇਹ ਪੈਸੇ ਖਾਂਦਾ ਲੋਕਾਂ ਤੋਂ ਲੈ ਲੈ ਕੇ ਬਾਹਰੋਂ ਮੰਗਾ ਮੰਗਾ ਕੇ, ਪਰ ਇਹਦੇ ਪੱਲੇ ਕੁਛ ਨਹੀਂ ਹੈਗਾ, ਇਹ ਕੋਈ ਬਾਬਾ ਨਹੀਂ ਹੈ।